ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਹਰਮਿੰਦਰ ਸਿੰਘ। ਅੱਜ ਅਸੀਂ ਦੇਖ ਸਕਦੇ ਹਾਂ ਕਿ ਕਈ ਫਾਰਮਰਾਂ ਦੇ ਹਾਲੇ ਨਰਮਾਂ ਦੀ 60 ਤੋਂ ਲੈ ਕੇ 65 ਦਿਨਾਂ ਦਾ ਹੋਇਆ ਅਤੇ ਟਿੰਡਿਆਂ ਦੇ ਵਿੱਚ ਗੁਲਾਬੀ ਸੁੰਡੀ ਆਉਣੀ ਸ਼ੁਰੂ ਹੋ ਚੁੱਕੀ ਹੈ। ਇਹ ਸਾਡੇ ਨਾਲ ਫਾਰਮਰ ਨੇ, ਤੁਹਾਨੂੰ ਆਪ ਦੱਸਣਗੇ ਕੀ ਇਹਨਾਂ ਦੇ ਨਰਮੇ 'ਚ ਆਇਆ ਅਤੇ ਕਿੰਨਾ ਨੁਕਸਾਨ ਹੋ ਰਿਹਾ। ਹਾਂਜੀ, ਬੀਜ ਹੈ ਜੀ 926 ਰਾਸੀ ਵਾਲਾ, ਫੁੱਲ ਸੁੰਡੀ ਹੈ, ਲਾਲ ਸੁੰਡੀ। ਗਾਓ ਹੈ ਸੇਖੂਪੁਰੀ ਜ਼ਿਲ੍ਹਾ ਸਿਰਸਾ। ਤੁਸੀਂ ਇਹਦੇ 'ਚ ਕਿਹੜੀ ਕਿਹੜੀ ਸਪਰੇਅ ਮਾਰ ਚੁੱਕੇ ਹੋ ਹਾਲੇ ਤੱਕ ਜੀ? ਇਹ ਮੈਂ ਡੈਲੀਗੇਟ ਗੇਰਦੀ ਜੀ। ਹੋਰ ਜੀ? ਹੋਰ ਜੀ ਮੈਂ ਡਾਲਦੀ ਲੈਨੋ, ਪਨਾਮਾ ਡਾਲਦੀ। ਹਾਂਜੀ, ਇਥਿਆਂ ਡਾਲੀ, ਰਗੋਰ ਡਾਲਦੀ। ਠੀਕ ਹੈ ਜੀ। ਹੁਣ ਤੁਸੀਂ ਦੇਖ ਕੋਈ ਫਰਕ ਨਹੀਂ ਹੈ, ਨਰਮੇ ਰੰਗਤ ਤਾਂ ਸੋਹਣੀ ਹੈਗੀ। ਆਹ ਦੇਖ ਸਕਦੇ ਹੋ ਜੀ, ਨਰਮੇ ਦੇ ਪੂਰੇ ਟਿੰਡੇ ਹੋ ਚੁੱਕੇ ਆ ਜੀ, ਅਤੇ ਹਾਲੇ ਵੀ ਇਹ ਸੁੰਡੀ ਫਿਰ ਵੀ ਆ ਗਈ। ਤਾਂ ਹੀ ਸਾਰੇ ਫਾਰਮਰ ਨੂੰ ਅਸੀਂ ਕਹਿ ਰਹੇ ਹਾਂ ਤੁਸੀਂ ਟਰੈਪ ਲਾਓ। ਤੁਹਾਨੂੰ ਟਰੈਪ ਲਾਉਣ ਨਾਲ ਪਹਿਲੇ ਹੀ ਇੰਡੀਕੇਟ ਹੋ ਜਾਏਗਾ ਕਿ ਗੁਲਾਬੀ ਸੁੰਡੀ ਆਉਣੀ ਸ਼ੁਰੂ ਹੋ ਗਈ ਹੈ। ਅਤੇ ਹੁਣ ਜੋ ਲਾਸਟ ਚੁਗਾਈ 'ਤੇ ਪਿਛਲੇ ਸਾਲ ਗੁਲਾਬੀ ਸੁੰਡੀ ਆਈ ਸੀ, ਅਤੇ ਇਹ ਪਹਿਲੀ ਹੀ ਚੁਗਾਈ ਦਾ ਟਿੰਡਾ ਹਾਲੇ, ਅਤੇ ਸੁੰਡੀ ਆ ਚੁੱਕੀ ਹੈ। ਤਾਂ ਸਾਰੇ ਫਾਰਮਰਾਂ ਨੂੰ ਬੇਨਤੀ ਹੈ ਟਰੈਪ ਲਾਓ, ਅਤੇ ਤੁਸੀਂ ਪ੍ਰੋਪਰ ਵੇ ਨਾਲ ਮੋਬਾਈਲ ਧਿਆਨ ਰੱਖੋ ਕਿ ਇਹ ਗੁਲਾਬੀ ਸੁੰਡੀ ਨਾ ਆਏ। ਅੱਜ ਤੁਸੀਂ ਦੇਖ ਸਕਦੇ ਹੋ ਹਰੇਕ ਟਿੰਡੇ ਦੇ ਵਿੱਚ ਇਹ ਗੁਲਾਬੀ ਸੁੰਡੀ ਹੈਗੀ ਹੈ ਜੀ। ਤਾਂ ਪਵਨ ਜੀ, ਤੁਸੀਂ ਕੀ ਫਾਰਮਰ ਨੂੰ ਸਲਾਹ ਦੇਣਾ ਚਾਹੋਗੇ ਜੀ? ਦੇਖੋ, ਫਾਰਮਰਸ ਕੋ ਹਮਨੇ ਫਰਵਰੀ ਮਾਰਚ ਮੇਂ ਕਹਿਣਾ ਸ਼ੁਰੂ ਕਰ ਦਿਆ ਥਾ, ਇਨਕੋ ਵੀ ਹਮਨੇ ਰਿਕਵੈਸਟ ਕਰੀ ਥੀ ਕਿ ਆਪਣੇ ਖੇਤ ਕੇ ਅੰਦਰ 10 ਟਰੈਪ 12 ਟਰੈਪ ਪਰ ਏਕੜ ਮੇਂ ਲਗਾਓ। ਟਰੈਪ ਕੋ ਲਗਾਨੇ ਕੀ ਵੀ ਇੱਕ ਟੈਕਨੀਕ ਹੈ, ਇੱਕ ਤਰੀਕਾ ਹੈ, ਇੱਕ ਪ੍ਰੋਸੈਸ ਹੈ। ਠੀਕ ਹੈ, ਅਗਰ ਉਸ ਪ੍ਰੋਸੈਸ ਸੇ ਟਰੈਪ ਨਹੀਂ ਲਗਾਏਗੇ ਤਾਂ ਟਰੈਪ ਕਾ ਕੋਈ ਰਿਜ਼ਲਟ ਨਹੀਂ ਆਏਗਾ। ਠੀਕ ਹੈ, ਅਭੀ ਇਸ ਕੋ ਰੋਕਨੇ ਕੇ ਲੀਏ ਹਮ ਐਡਵਾਈਸ ਕਰੇਂਗੇ, ਇਸਮੇ ਇੱਕ ਪ੍ਰੋਫੈਨੋਫੋਸ ਔਰ ਸਾਈਪਰ ਕੀ ਸਪਰੇਅ ਕੀ ਜਾਏ, ਔਰ ਇਸਕੋ ਰੈਗੂਲਰ ਇੰਟਰਵੈਲ ਕੇ ਉੱਪਰ ਇਸਕੇ ਸੁੰਡੀ ਕੋ ਰੋਕਨੇ ਕੇ ਲੀਏ ਸਪਰੇਅ ਕੀ ਜਾਏ। ਪਲਸ ਇਸਮੇ ਟਰੈਪ ਅਭੀ ਵੀ ਲਗਾ ਸਕਤੇ ਹੈ, ਅਭੀ ਕੋਈ ਜ਼ਿਆਦਾ ਨੁਕਸਾਨ ਨਹੀਂ ਹੈ, ਇਸਕੋ ਹਮ ਅਭੀ ਇਸਕੋ ਡੈਂਟ ਕੋ ਕਵਰ ਕਰ ਸਕਤੇ ਹੈ। तो पवन जी, आप हमें बताइए जी, एक किले में हम कितने ट्रैप लगाएं? फार्मर 2-3 ट्रैप लगा रहे हैं, तो फार्मर को आप कितने सजेशन दोगे, कितने एक किले में ट्रैप लगाएं? कम से कम 10 ट्रैप एक किले में लगाने चाहिए, क्योंकि एक ट्रैप कवर करता है 40 से लेकर 50 फुट का एरिया। अगर एक ट्रैप को लगाते हैं वो 40-50 फुट इस तरफ से लेफ्ट आगे और पीछे जो भी उसके अंदर इंसेक्ट आएगा उसको ट्रैप कर लेगा। अगर हम ये पॉपुलेशन इसकी पूरी रखेंगे ट्रैप की, तो हम 100% इसके जो मेल है उसको कैच कर लेंगे, जिससे आगे की एगलिंग कम हो जाएगी और इसको हम कंट्रोल कर सकते हैं। तो आप क्लोज से लो जी, एक एक टिंडे के अंदर 2-2, 3-3 सुंडियाँ मिल रही हैं। ये इसका इंसेक्ट का फर्स्ट इंस्टा है, आप देख सकते हैं कि ये और ये बहुत एक्टिव है। ये देखो, एक दूसरी है, एक ही जगह पे दूसरी भी बार आ गई। फार्मर, आप देख सकते हैं कि अभी से ही गुलाबी सुंडी का अटैक आना शुरू हो गया है, और एक टिंडे में कम से कम 1 से लेके 2 पिंक बोलवर्म के इंस्टार हमें मिल रहे हैं।